Herhalde bir çare. ਵਿਕਰਮ ਜੀ ਸਿੰਘ ਮੇਰਾ ਬੇਟਾ ਹੈ 26 ਤਰੀਕ ਨੂੰ ਸਾਡੇ ਕੋਲ ਆਈ ਸੀ ਸਾਡੇ ਬਾਰੇ ਯਾਦ ਦਾ ਟੈਕ ਹੋ ਗਿਆ ਇਸ ਕਾਰਨ ਸਾਨੂੰ ਜੀ ਅਸੀਂ ਤਾਂ ਗਰੀਬ ਬੰਦੇ ਹਾਂ ਅਤੇ ਸਾਨੂੰ ਐਸ ਪੀ ਬਰਾਏ ਸਾਹਿਬ ਨਾਲ ਸਾਨੂੰ ਫਿਰ ਦੱਸਿਆ ਤਾਂ ਉਹਨਾਂ ਨਾਲ ਸੰਪਰਕ ਕੀਤਾ ਜੀ ਅਤੇ ਉਹਨਾਂ ਨੇ ਸਾਡੇ ਬੱਚੇ ਦੀ ਬੋਡੀ ਲਿਆਉਣ ਲਈ ਇੱਧਰ ਸਾਨੂੰ ਦਿਲਵਾਸਾ ਦਿੱਤਾ ਅਤੇ ਪੱਟੀ ਦੇ ਜਿਹੜੇ ਉੱਥੋਂ ਦੇ ਜ਼ਿਲ੍ਹਾ ਪ੍ਰਧਾਨ ਹੈ ਉਹਨਾਂ ਨੇ ਸਾਡੇ ਨਾਲ ਆਣ ਕੇ ਸੰਪਰਕ ਕੀਤਾ ਅਤੇ ਉਹ ਹੁਣ ਬੱਚੇ ਦੀ ਬੋਡੀ ਆ ਰਹੀ ਹੈ ਜੀ ਉਹ ਆ ਰਹੀ ਹੈ ਜੀ ਅਸੀਂ ਏਅਰਪੋਰਟ 'ਤੇ ਉਹਨੂੰ ਰਿਸੀਵ ਕਰਨ ਵਾਸਤੇ ਆਏ ਹਾਂ ਜੀ। ਤੁਹਾਨੂੰ ਕੀ ਲੱਗਦਾ ਜੀ ਕਿ ਅਟੈਕ ਹੀ ਆ ਕਿ ਪਹਿਲਾਂ ਕਿੱਦਾਂ ਦੀ ਸਿਹਤ ਰਹਿੰਦੀ ਸੀ ਮੁੰਡੇ ਦੀ? ਬਿਲਕੁਲ ਨੌਜਵਾਨ ਗੱਭਰੂ ਹੈ ਜੀ 23 ਸਾਲ ਦੀ ਉਹਦੀ ਏਜ ਹੈ ਜੀ ਅਤੇ ਕਦੀ ਸਿਰ ਦਰਦ ਵੀ ਨਹੀਂ ਉਹਦਾ ਜੀ ਹੋਇਆ ਨਾ ਸਾਨੂੰ ਉਹਨੇ ਅੱਜ ਤੱਕ ਕਦੀ ਇਹੋ ਜਿਹੀ ਗੱਲ ਕਹੀ ਹੈ ਜੀ ਅਤੇ ਅਸੀਂ ਤਾਂ ਰੋਜ਼ੀ ਰੋਟੀ ਕਮਾਉਣ ਲਈ ਜੀ ਉੱਥੇ ਭੇਜਿਆ ਸੀ ਘਰ ਦੇ ਹਾਲਾਤ ਮਾੜੇ ਕਾਰਨ ਦੋ ਬੱਚੀਆਂ ਦੀ ਨੌਜਵਾਨ ਬੇਟੀਆਂ ਉਹਨਾਂ ਦੀ ਸ਼ਾਦੀ ਹੋਣੀ ਸੀ ਅਤੇ ਉਹਨਾਂ ਨੂੰ ਮੈਂ ਤਾਂ ਕਰਜ਼ਾ ਚੁੱਕ ਕੇ ਉਹਨੂੰ ਬਾਹਰ ਭੇਜਿਆ ਸੀ ਜੀ। ਕਿੰਨਾ ਸਮਾਂ ਪਹਿਲਾਂ ਗਿਆ ਸੀ ਬਾਹਰ? ਡੇਢ ਕੁ ਸਾਲ ਹੋਇਆ ਜੀ। ਅਤੇ ਡੇਢ ਸਾਲ ਤੋਂ ਕਦੀ ਉਹਨੇ ਫੋਨ 'ਤੇ ਤੁਹਾਨੂੰ ਕਿਹਾ ਹੋਵੇ ਕਿ ਮੈਨੇ ਠੀਕ ਨਹੀਂ ਜਾਂ ਤਬੀਅਤ? ਨਹੀਂ ਨਹੀਂ ਬਿਲਕੁਲ ਨਹੀਂ ਇਹੋ ਜਿਹੀ ਗੱਲ ਜੀ। 24 ਤਰੀਕ ਨੂੰ ਮੇਰੇ ਨਾਲ ਵੀਡੀਓ ਕਾਲ 'ਤੇ ਗੱਲ ਹੋਈ ਹੈ ਜੀ ਬਿਲਕੁਲ ਨੌਜਵਾਨ ਤੁਹਾਨੂੰ ਫੋਟੋਆਂ ਦਿਖਾਉਣਾ ਜੀ ਉਹਦਾ 6 ਫੁੱਟ ਤੋਂ ਉੱਪਰ ਦੀ ਹਾਈਟ ਸੀ ਕਦੀ ਉਹਨੇ ਸਿਰ ਦਰਦ ਵੀ ਨਹੀਂ ਹੋਇਆ ਜੀ ਅਚਨਚੇਤ ਹੀ ਉਹਨਾਂ ਨੇ ਸਾਨੂੰ ਜਦੋਂ ਦੱਸਿਆ ਜੀ ਵੀ ਆਹ ਗੱਲ ਹੋ ਗਈ ਆ ਸਾਡੀ ਤਾਂ ਸਾਡਾ ਤਾਂ ਸੰਸਾਰ ਹੀ ਪੁੱਠਾ ਹੋ ਗਿਆ ਜੀ ਇੱਕ ਹੀ ਮੇਰਾ 2.25 ਲੱਖ ਹੀ ਇਹ ਬੇਟਾ ਹੈ। ਸਰਬੱਤ ਦਾ ਭਲਾ ਟਰੱਸਟ ਵੱਲੋਂ ਕੀ ਮਦਦ ਕੀਤੀ ਗਈ? ਸਰਬੱਤ ਦਾ ਭਲਾ ਟਰੱਸਟ ਵੱਲੋਂ ਜੀ ਸਾਨੂੰ ਉਹਨਾਂ ਨੇ ਬੋਡੀ ਲਿਆਉਣ ਦਾ ਭਰੋਸਾ ਦਵਾਇਆ ਕਿ ਅਸੀਂ ਤੁਹਾਡੇ ਬੱਚੇ ਦੀ ਬੋਡੀ ਆ ਜਾਏਗੀ ਛੇਤੀ ਆ ਜਾਏਗੀ ਉੱਦਾਂ ਤਾਂ ਅਸੀਂ ਸੁਣਿਆ ਜੀ ਬਹੁਤ ਖੱਜਲ ਖਰਾਬੀ ਹੁੰਦੀ ਆ ਅਤੇ ਉਹਨਾਂ ਦੇ ਯਤਨਾਂ ਦਾ ਸਦਕਾ ਐਸ ਪੀ ਬਰਾਏ ਜੀ ਨੇ ਮੇਰੇ ਦੇ ਸਦਕਾ ਇਹ ਮਤਲਬ ਕਿ ਬੱਚਾ ਸਾਡਾ ਆ ਰਿਹਾ ਅਤੇ ਕਿਸੇ ਦਾ ਤੁਹਾਨੂੰ ਪੇਮੈਂਟ ਮੈਂ ਜੀ ਤਰਨ ਤਾਰਨ ਤੋਂ ਹਾਂ ਜੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਉੱਥੋਂ ਸੇਵਾਦਾਰ ਹੈ ਜੀ ਮੇਨ ਅਤੇ ਜਿਹੜੀ ਆ 20-25 ਮਾਰਚ ਨੂੰ ਵਿਕਰਮਜੀਤ ਸਿੰਘ ਸੀ ਜਿਹੜਾ ਸਾਡਾ ਪੱਟੀ ਦਾ ਨੌਜਵਾਨ ਸੀ ਦੁਬਈ ਉੱਥੇ ਟਰੱਕ ਵਿਦਆਊਟ ਟਰੱਕ ਡਰਾਈਵਰ ਉੱਥੇ ਗਿਆ ਸੀ ਪਰ ਨਵੰਬਰ 2018 'ਚ ਉੱਥੇ ਗਿਆ ਸੀ ਪਰ 20-25 ਜਿਹੜੀ ਮਾਰਚ ਆ ਉੱਥੇ ਹਾਰਟ ਅਟੈਕ ਹੋਣ ਕਰਕੇ ਉਹਦੀ ਮਤਲਬ ਉੱਥੇ ਡੈਥ ਹੋ ਗਈ ਇਸ ਪਰਿਵਾਰ ਨਾਲ ਹੈ ਜੀ ਇਹਨਾਂ ਦਾ ਨੌਜ ਬੇਟਾ ਵਾ ਇਹਨਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੋਲ ਸਾਡੇ ਕੋਲ ਬੇਨਤੀ ਕੀਤੀ ਸੀ ਵੀ ਅਸੀਂ ਉੱਥੋਂ ਜਿਹੜੀ ਆ ਲਾਸ਼ ਲਿਆਉਣ ਤੋਂ ਸਮਰੱਥ ਹਾਂ ਅਤੇ ਉਸ ਉਪਰੰਤ ਅਸੀਂ ਬਰਾਏ ਸਾਹਿਬ ਕੋਲ ਅਸੀਂ ਜਿਹੜੀ ਇਹ ਬੇਨਤੀ ਉਹਨਾਂ ਦੀ ਪਹੁੰਚਾਈ ਵੀ ਇਹਨਾਂ ਦੀ ਜਿਹੜੀ ਲਾਸ਼ ਲਿਆਂਦੀ ਜਾਵੇ ਨੌਜਵਾਨ ਦੀ ਉੱਥੋਂ ਬਰਾਏ ਸਾਹਿਬ ਨੇ ਬੇਨਤੀ ਪ੍ਰਵਾਨ ਕੀਤੀ ਹੈ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਜੀ ਵੀ ਜਿਹੜੀ ਉਹਨਾਂ ਨੇ ਇੱਥੇ ਸਾਡੀ ਸਹਾਇਤਾ ਕੀਤੀ ਹੈ ਅਤੇ ਜਿਹੜੀ ਲਾਸ਼ ਅੱਜ ਜਿਹੜੀ ਪਰਿਵਾਰ ਕੋਲ ਆ ਜਾਏਗੀ। ਕੀ ਕਾਰਨ ਕੀ ਰਿਹਾ ਜੀ ਮੇਨ? ਮੇਨ ਜੀ ਉੱਥੇ ਹਾਰਟ ਅਟੈਕ ਮਤਲਬ ਬੱਚਾ ਤਾਂ 25 ਸਾਲ ਦਾ ਨੌਜਵਾਨ ਸੀ ਸਿਹਤਮੰਦ ਸੀ ਬੜਾ ਵਧੀਆ ਸੀ ਪਰ ਕੁਦਰਤ ਦਾ ਭਾਣਾ ਹੈ ਜੀ ਇਹਦੇ 'ਚ ਇਹ 93 ਲਾਸ਼ ਹੈ ਜੀ 93 ਹੈ। ਠੀਕ ਹੈ ਠੀਕ ਹੈ।